ਸ਼ਾਨ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਗੱਲ ਕਰਦੇ ਹਾਂ ਬਾਲੀਵੁੱਡ ਅਤੇ ক্রিকেট ਦੀ ਉਰਸ਼ੀ ਰਟੇਲਾ ਅਤੇ ਭਾਰਤੀ క్రికెਟਰ ਰਿਸ਼ਭ ਪੰਤ ਵਿਚਾਲੇ ਮਤਭੇਦ ਸੋਸ਼ਲ ਮੀਡੀਆ ਉੱਤੇ ਕਾਫੀ ਮਸ਼ਹੂਰ ਹਨ ਪਰ ਲੱਗਦਾ ਹੈ ਕਿ ਇਸ ਲੜਾਈ ਦੇ ਵਿਚਕਾਰ ਉਰਸ਼ੀ ਨੂੰ ਪਾਕਿਸਤਾਨੀ క్రికెਟਰ ਨਸ਼ੀਮ ਸ਼ਾਹ ਤੇ ਕ੍ਰਸ਼ ਹੋ ਗਿਆ ਹੈ ਬਾਲੀਵੁੱਡ ਅਭਿਨੇਤਰੀ ਉਰਸ਼ੀ ਰਟੇਲਾ ਇਨੀ ਦਿਨੀ ਆਪਣੇ ক্রিকেট ਪ੍ਰੇਮ ਨੂੰ ਲੈ ਕੇ ਸੁਰਖੀਆਂ ਚ ਹੈ ਉਰਸ਼ੀ ਏਸ਼ੀਆ ਕੱਪ 'ਚ ਭਾਰਤ ਅਤੇ ਪਾਕਿਸਤਾਨ ਦੇ ਟੀਮ ਮੈਚ ਦੇਖਣ ਲਈ ਪਹੁੰਚੀ ਸੀ ਸੋਸ਼ਲ ਮੀਡੀਆ ਯੂਜ਼ਰਜ਼ ਆ ਮੰਨਣਾ ਹੈ ਕਿ ਕ੍ਰਿਕਟਰ ਰਿਸ਼ਪ ਪੰਤੇ ਤੇ ਉਹਨਾਂ ਦੀ ਕੋਲਡ ਵਾਰ ਕਾਰਨ ਉਰੂਸ਼ੀ ਮੈਚ ਦੇਖਣ ਪਹੁੰਚੀ ਸੀ 4 ਸਤੰਬਰ ਨੂੰ ਇੱਕ ਵਾਰ ਫਿਰ ਉਰੂਸ਼ੀ ਭਾਰਤੀ ਪਾਕਿਸਤਾਨ ਮੈਚ ਦੇਖਣ ਪਹੁੰਚੀ ਸੀ ਹਾਲਾਂਕਿ ਇਸ ਵਾਰ ਉਹਨਾਂ ਦੀ ਨਜ਼ਰ ਪੰਤੇ ਨਹੀਂ ਸਗੋ ਪਾਕਿਸਤਾਨੀ ਕ੍ਰਿਕਟਰ ਨਸੀਮ ਸ਼ਾਹ ਤੇ ਸੀ ਇਸ ਲਈ ਮੈਚ ਤੋਂ ਬਾਅਦ ਉਰੂਸ਼ੀ ਨੇ ਆਪਣੀ ਇੰਸਟਾਗ੍ਰam ਸਟੋਰੀ ਤੇ ਨਸੀਮ ਦਾ ਵੀਡੀਓ ਸ਼ੇਅਰ ਕੀਤਾ ਇਸ ਵੀਡੀਓ 'ਚ ਨਸੀਮ ਮੈਦਾਨ 'ਚ ਹੱਸਦੇ ਹੋਏ ਨਜ਼ਰ ਆ ਰਹੇ ਨੇ ਜਦ ਕਿ ਉਰੂਸ਼ੀ ਉਹਨਾਂ ਨੂੰ ਵੇਖ ਕੇ ਸ਼ਰਮਾਉਂਦੀ ਨਜ਼ਰ ਆ ਰਹੀ ਹੈ ਇਹ ਵੀਡੀਓ ਉਰਸ਼ੀ ਰਿਟੇਲਰ ਦੇ ਫੈਨ ਪੇਜ ਨੇ ਬਣਾਈ ਹੈ ਉਰਸ਼ੀ ਨੇ ਇਸ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤਾ ਵੀਡੀਓ ਸਾਹਮਣੇ ਆਉਂਦੇ ਹੀ ਸੋਸ਼ਲ ਮੀਡੀਆ ਤੇ ਮੀਮਸ ਦਾ ਹੜ ਆ ਗਿਆ ਉਰਸ਼ੀ ਦੇ ਇਸ ਵੀਡੀਓ ਨੂੰ ਦੇਖ ਕੇ ਕਈ ਯੂਜ਼ਰਸ ਨੇ ਉਹਨਾਂ ਦਾ ਮਜ਼ਾਕ ਉਡਾਇਆ ਉੱਥੇ ਹੀ ਰਿਸ਼ਪ ਪੰਤ ਤੇ ਪ੍ਰਸ਼ੰਸਕਾਂ ਦਾ ਦਿਲ ਟੁੱਟ ਗਿਆ ਵੈਸੇ 4 ਨੰਬਰ ਤੋਂ ਹੁਣ ਤੱਕ ਭਾਰਤ ਅਤੇ ਪਾਕਿਸਤਾਨ ਨੇ ਸ਼੍ਰੀਲੰਕਾ ਅਤੇ ਅਫਗਾਨਿਸਤਾਨ ਨਾਲ ਮੁਕਾਬਲਾ ਕੀਤਾ ਸੀ ਭਾਰਤ ਨੂੰ ਸ਼੍ਰੀਲੰਕਾ ਨੇ ਹਰਾਇਆ ਸੀ ਜਦਕਿ 7 ਸਤੰਬਰ ਨੂੰ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਹਰਾਇਆ ਸੀ ਹੁਣ ਇਸ ਕਾਰਨ ਵੀ ਉਰਸ਼ੀ ਰਿਟੇਲਰ ਦੀ ਕੀ ਉਹ ਉਰਸ਼ੀ ਤੇ ਗਲਤ ਇਲਜ਼ਾਮ ਲਗਾ ਰਹੇ ਨੇ ਯੂਜ਼ਰਸ ਦਾ ਕਹਿਣਾ ਹੈ ਕਿ ਉਹ ਉਰਸ਼ੀ ਨੂੰ ਬੁਰਾ ਕਹਿ ਰਹੇ ਸਨ ਜਦਕਿ ਉਹ ਭਾਰਤ ਦੇ ਨਾਲ ਨਾਲ ਨਸੀਮ ਲਈ ਵੀ ਲੱਕੀ ਸਾਬਤ ਹੋਈ ਹੁਣ ਕਈ ਯੂਜ਼ਰਸ ਲਵ ਟ੍ਰਾਇੰਗਲ ਬਾਰੇ ਗੱਲ ਕਰ ਰਹੇ ਹਨ ਤੇ ਤਿੰਨਾਂ ਦੇ ਨਾਂ ਇਕੱਠੇ ਜੋੜ ਰਹੇ ਹਨ ਜ਼ਿਕਰਯੋਗ ਹੈ ਕਿ ਉਰਸ਼ੀ ਤੇ ਟਿਲਾ ਤੇ ਰਿਸ਼ਭ ਮੰਦ ਦੇ ਵਿੱਚ ਇੱਕ ਸਮੇਂ ਡੇਟਿੰਗ ਦੀਆਂ ਅਫਵਾਹਾਂ ਸਨ ਇਨ੍ਹਾਂ ਅਫਵਾਹਾਂ ਨੂੰ ਮੰਤਰੇ ਰੱਦ ਕਰ ਦਿੱਤਾ ਸੀ ਹਾਲਾਂਕਿ ਆਪਣੇ ਹਾਲੀਆ ਇੰਟਰਵਿਊ ਵਿੱਚ ਉਰਸ਼ੀ ਨੇ ਇੱਕ ਮਿਸਟਰ ਆਰ ਪੀ ਬਾਰੇ ਗੱਲ ਕਰਦੇ ਹੋਏ ਕਿਹਾ ਸੀ ਕਿ ਉਹ ਵਿਅਕਤੀ ਇੱਕ ਹੋਟਲ ਵਿੱਚ 10 ਘੰਟੇ ਤੱਕ ਉਸ ਦਾ ਇੰਤਜ਼ਾਰ ਕਰਦਾ ਰਿਹਾ ਉਰਸ਼ੀ ਦੇ ਇੰਟਰਵਿਊ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਤ ਨੇ ਇੰਸਟਾ ਤੇ ਪੋਸਟ ਕਰਦੇ ਹੋਏ ਇਸ਼ਾਰੇ ਚ ਕਿਹਾ ਸੀ ਕਿ ਦੀਦੀ ਨੂੰ ਉਹਨਾਂ ਦਾ ਪਿੱਛਾ ਛੱਡ ਦੇਣਾ ਚਾਹੀਦਾ ਹੈ ਇਸ ਦੇ ਨਾਲ ਹੀ ਉਰਸ਼ੀ ਨੇ ਜਵਾਬ ਚ ਨਾ ਲੈ ਬਿਨਾ ਕਿਹਾ ਸੀ ਕਿ ਛੋਟੂ ਭਈਆ ਨੂੰ ਬੈਡਬਾਲ ਖੇਡਣ ਤੇ ਧਿਆਨ ਦੇਣਾ ਚਾਹੀਦਾ ਹੈ ਇਸੇ ਤਰ੍ਹਾਂ ਦੀ ਨੌਕ-ਝੋਕ ਦਾ ਲੋਕ ਸੋਸ਼ਲ ਮੀਡੀਆ ਉੱਤੇ ਖੂਬ ਸਵਾਦ ਲੈ ਰਹੇ ਨੇ ਬਾਲੀਵੁੱਡ ਦੀਆਂ ਅਪਡੇਟਰੀ ਖਬਰਾਂ ਜਾਣਨ ਲਈ ਜੁੜੇ ਰਹੋ ਚੈਨਲ ਸ਼ਾਨ ਪੰਜਾਬੀ ਦੇ ਨਾਲ